ਥੱਲਿਆਂ ਨਾ ਰੱਖੀ ਜੇ ਨਾ ਲੱਗੀਆਂ ਲੱਗੀਆਂ ਜਾਂ ਕੀ ਕੰਮ ਕਰਨ ਵਾਲੇ ਨੇ माता खड़ जो Thank you.
मेरे सतगुरु संत सिपाही दसवें पिता गुरु गोबिंद सिंह जी महाराज कलगीधर पातशाह उन्होंने बुलंद नारा क्योंकि उन्होंने गाने जा रहे हैं माही जग रखवालिया माही बजवालिया वो जग रखवालिया वो तेरे जग कौनिया रे चंगे तेरे जो मैं
ਲੈ ਲੈ ਤੂੰ ਤਾਂ ਸਿੱਖੀ ਦੇ ਉਸਾਰੇ ਉਹ ਚੰਗੇ ਤੇਰੇ ਚੋਜ ਨਿਆਰੇ तू तो सिखी दे उतारे वो चंगे तेरे चोज नियारे महाराज महापुरुषों के कोलो अमृत छकिया उन्होंने चिड़िया वे चिड़िया आवाजा के नाल लड़ा दिता चंगे तेरे चोज नियारे चंगे तेरे चोज नियारे चंगे तेरे चोज नियारे इस माही बाजा वाले जग रखवाड़े कई गुलामी कोलों देश नूं मुक्त कराउंदे ने ते फंसियां वाले रस्से चमके गाला च पाउंदे ने कई गुलामी कोलों देश नूं मुक्त कराउंदे ने ਪਈ ਗੁਲਾਮੀ ਕੋਲੋਂ ਦੇਸ਼ ਨੂੰ ਮੁਕਤ ਕਰਾਉਂਦੇ ਨੇ ਉਹ ਫੰਸੀਆਂ ਵਾਲੇ ਬੱਫੇ ਝੁੰਮਕੇ ਘਰਾਂ ਚ ਪਾਉਂਦੇ ਨੇ ਉਹ ਮੌਤ ਨੂੰ ਕਰਨ ਮਖੋਲਾ ਮੌਤ ਨੂੰ ਕਰਨ ਮਖੋਲਾ ਨਾ ਘਬਰਾਇਆ ਕਰਦੇ ਨੇ ਦੋਖੋ ਸੁਰਮੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ सुर में उमरा थोड़िया पाया कर ਕਬੰਜਾ ਪਾ ਕੇ ਲਿਆਉਂਦਾ ਮੋੜ ਦੇਵੇ ਹੋ ਰਣ ਭੂਮੀ ਵਿੱਚ ਸੱਜਣ ਮਾਰੀਆਂ ਤਾਈ ਝੰਜੋੜ ਦੇਵੇ ਇੱਕੀਆਂ ਦੇ ਕਬੰਜਾ ਪਾ ਕੇ ਲਿਆਉਂਦਾ ਮੋੜ ਦੇਵੇ ਹੋ ਲੰਡਣ ਜਾ ਕੇ ਯੋਧੇ ਲੰਡਣ ਜਾ ਕੇ ਯੋਧੇ ਕਾਇਆ ਕਰਦੇ ਨੇ ਸੁਖ ਸੁਰ ਮੇ ਉਮਰਾਂ ਥੋੜੀਆਂ ਪਾਇਆ ਕਰਦੇ ਨੇ
ਦੀਆਂ ਪਾਇਆ ਕਰਦੇ ਨੇ ਥੋੜੀਆਂ ਪਾਇਆ ਕਰਦੇ ਨੇ ਤਾੜੀਆਂ ਬਾਰੇ ਕੀ ਖਿਆਲ ਹੈ? ਤਾੜੀ ਮਾਰਦੇ ਦੋ ਤਿੰਨ ਫਾਇਦੇ ਨੇ, ਇੱਕ ਤਾਂ ਹੱਥ ਗਰਮ ਹੋ ਜਾਂਦਾ, ਦੂਜਾ ਬੰਦਾ ਬੁੜਾ ਨਹੀਂ ਹੁੰਦਾ ਤਾੜੀ ਮਾਰਦਾ, ਮੈਂ ਤਾੜੀ ਜ਼ਰੂਰ ਮਾਰਦਾ ਕਰੋ। ਸੋ ਦੋ ਗੀਤ ਤੁਹਾਡੇ ਰੂਬਰੂ ਕਰ ਗਏ ਨੇ, ਤੁਹਾਡੇ ਆਪਣੇ ਗੀਤ। ਸੋ ਆਪਣੇ ਦਰਮਿਆਨ ਤੁਹਾਡਾ ਆਪਣਾ ਚਹੇਤਾ ਦੋ ਗਾਇਕ ਹਰਮਨ ਸਿੱਧੂ ਜੀ ਪਹੁੰਚ ਚੁੱਕੇ ਨੇ, ਇਹਨਾਂ ਤੋਂ ਬਾਅਦ ਆਪਾਂ ਉਹਨਾਂ ਨੂੰ ਵੀ ਟਾਈਮ ਦੇਵਾਂਗੇ, ਉਹਨਾਂ ਦੇ ਵੀ ਟਾਈਮ ਹੈ ਮੇਰਾ ਖਤਮ। ਸਿਆਣੇ ਕਹਿੰਦੇ ਗੱਲ ਕਰੀਏ ਤਾਂ ਕਰੀਏ ਸੋਲਾਂ ਨੇ, ਨਹੀਂ ਤਾਂ ਨਾ ਕਰੀਏ ਜੇ ਨਾ ਢੰਗ ਹੋਵੇ। ਗੱਲ ਕਰੀਏ ਤੇ ਕਰੀਏ ਸੋਲਾਂ ਨੇ, ਨਹੀਂ ਤਾਂ ਨਾ ਕਰੀਏ ਜੇ ਨਾ ਢੰਗ ਹੋਵੇ। ਗੁਰੂ ਹੋਵੇ ਤਾਂ ਹੁਨਰ ਵਿੱਚ ਹੋਵੇ ਪੂਰਾ, ਜੇ ਫਕਰ ਹੋਵੇ ਤਾਂ ਨੰਗ ਮਲੰਗ ਹੋਵੇ। ਬਾਕੀ ਕਹਿੰਦੇ ਵੀ ਉਸਤਾਦ ਚੁਣ ਕੇ ਤੇ ਪਾਣੀ ਪੁਣ ਕੇ ਪੀ ਲੈਣਾ ਚੰਗਾ ਹੁੰਦਾ। ਸੋ ਬਹੁਤ ਸਾਰਾ ਮਾਣ ਸਾਡੇ ਸਤਿਕਾਰਯੋਗ ਮੇਰਾ ਵੱਲੋਂ ਆਇਆ ਸਾਡੇ ਸਬ ਇੰਸਪੈਕਟਰ ਸਾਹਿਬ ਸਰਦਾਰ ਮਾਤਾ ਸਰਦਾਰ ਕਮਲਜੀਤ ਸਿੰਘ ਜੀ, ਉਹਨਾਂ ਵੱਲੋਂ ਵੀ। ਪਰ ਕਰਾਉਣਾ ਬੜਾ ਔਖਾ, ਇੰਨੀ ਠੰਡ ਦੇ ਵਿੱਚ ਘਰ ਘਰ ਜਾ ਕੇ, ਪਤਾ ਨਹੀਂ ਕਿਹਦੇ ਕਿਹਦੇ ਕੋਲੇ ਜਾ ਕੇ, ਕਿੱਥੇ ਕਿੱਥੇ ਜਾ ਕੇ ਬੰਦੇ ਨੂੰ ਇੱਥੋਂ ਤੱਕ ਅੱਜ ਦਾ ਦਿਲ ਲਿਆਉਣਾ ਪੈਂਦਾ, ਕਿਉਂਕਿ ਮੇਲਾ ਮੇਲ ਹੁੰਦਾ ਦੋ ਅੱਖਰਾਂ ਦਾ, ਜਿਹਨੂੰ ਲਿਖਣਾ ਲਿਖਾਉਣਾ ਸੌਖਾ ਹੈ। ਮੇਲਾ ਮੇਲ ਹੁੰਦਾ ਦੋ ਅੱਖਰਾਂ ਦਾ, ਜਿਹਨੂੰ ਲਿਖਣਾ ਲਿਖਾਉਣਾ ਔਖਾ ਹੈ। ਇਹ ਕੰਮ ਨੇ ਉੱਦਮੀ ਬੰਦਿਆਂ ਦੇ, ਇੰਨਾ ਰੰਗ ਜਮਾਉਣਾ ਔਖਾ, ਜਿਹੜਾ ਇੰਨਾ ਕੰਮ ਕੀਤਾ। ਪ੍ਰਬੰਧਕ ਕਮੇਟੀ ਦਾ ਧੰਨਵਾਦ, ਮੈਂ ਸਮਝਦਾ ਵੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਜਿੰਨੇ ਵਾਰੀ ਕੀਤਾ ਜਾਵੇ ਥੋੜ੍ਹਾ। ਸੋ ਪ੍ਰਬੰਧਕ ਕਮੇਟੀ ਤੋਂ ਮੇਰੀ ਇੱਕ ਗੱਲ ਯਾਦ ਆ ਕਿ ਨਾਲ ਦੀ ਨਾਲ ਆਪਾਂ ਦੁਬਾਰਾ ਫਿਰ ਗੀਤ ਸ਼ੁਰੂ ਕਰਾਵਾਂਗੇ। ਕਹਿੰਦੇ ਇੱਕ ਵਾਰ ਸੂਈ ਤੇ ਕੈਂਚੀ ਦੀ ਆਪਸ ਵਿੱਚ ਲੜਾਈ ਹੋ ਗਈ, ਤੇ ਕੈਂਚੀ ਸੂਈ ਨੂੰ ਕਹਿੰਦੀ ਮੈਂ ਤੇਰੇ ਨਾਲੋਂ ਕੱਦ 'ਚ ਵੀ ਵੱਡੀ ਹਾਂ, ਵਜਨ 'ਚ ਵੀ ਜ਼ਿਆਦਾ, ਮੈਂ ਟੇਲਰ ਮਾਸਟਰ ਦੇ ਪੈਰਾਂ ਵਿੱਚ ਰੁਲਦੀ ਰਹਿੰਦੀ ਹਾਂ। ਤੂੰ ਕੱਦ 'ਚ ਛੋਟੀ ਆ, ਵਜਨ 'ਚ ਹਲਕੀ ਆ, ਸਿਹਤ ਪੱਖੋਂ ਕਮਜ਼ੋਰੀ ਜੀ ਆ, ਪਰ ਤੂੰ ਟੇਲਰ ਮਾਸਟਰ ਦੀ ਪੱਗ ਦੇ ਉੱਪਰ ਲੜ 'ਚ ਚੰਗੀ ਹੁੰਦੀ ਹੈ ਕਿਉਂ? ਸੂਈ ਕਹਿੰਦੀ ਭੈਣੀ ਆਪੋ ਆਪਣੇ ਕਰਮਾਂ ਦਾ ਫਲ ਹੁੰਦਾ, ਜਿਹੋ ਜਿਹਾ ਕੋਈ ਕਰਮ ਕਰਦਾ ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਕੈਂਚੀ ਕਹਿੰਦੀ ਫਿਰ ਮੈਂ ਕੀ ਮਾੜੇ ਕਰਦੀ ਹਾਂ, ਮੈਂ ਟੇਲਰ ਮਾਸਟਰ ਦੇ ਪੈਰਾਂ 'ਚ ਰੁਲਦੀ ਰਹਿੰਦੀ ਹਾਂ, ਤੂੰ ਕਿਹਾ ਚੰਗਾ ਕੰਮ ਕਰਦੇ ਤੂੰ ਟੇਲਰ ਮਾਸਟਰ ਦੀ ਪੱਗ ਦੇ ਉੱਪਰ ਲੜ 'ਚ ਚੰਗੀ ਹੁੰਦੀ ਹੈ। ਤਾਂ ਸੂਈ ਕਹਿੰਦੀ ਫਿਰ ਸੁਣ ਲੈ, ਤੂੰ ਅੱਜ ਤੱਕ ਜਿੰਨਾ ਕੰਮ ਕੀਤਾ ਪਾੜਨ ਦਾ ਕੀਤਾ, ਇੱਕ ਦੇ ਦੋ ਚਾਰ ਪੰਜ ਦਸ ਟੋਟੇ ਕੀਤੇ ਆ, ਮੈਂ ਤੇਰੇ ਨਾਲੋਂ ਕੱਦ 'ਚ ਛੋਟੀ ਆ, ਵਜਨ 'ਚ ਹਲਕੀ ਆ, ਸਿਹਤ ਪੱਖੋਂ ਕਮਜ਼ੋਰੀ ਜੀ ਆ, ਮੇਰੀ ਕਿਤੇ ਨਿਮਾਣੀ ਜੀ ਦੀ ਲੋੜ ਪਈ ਤਾਂ ਮੈਂ ਦੋ ਚੋਂ ਟੋਟਿਆਂ ਨੂੰ ਜੋੜੇ ਆ। ਸੋ ਟੋਟਿਆਂ ਨੂੰ ਪ੍ਰਬੰਧਕ ਕਮੇਟੀ ਨੇ ਕਿੰਨੇ ਸਰੋਤਿਆਂ ਨੂੰ ਜੋੜਿਆ, ਬਾਬਾ ਜੀ ਦੇ ਜਿੰਨੇ ਯਾਦ ਵਿੱਚ ਆਪਾਂ ਮਿਲਿਆ ਕਰਾਂ, ਸਤਿਕਾਰ ਸੂਈ ਨਾਲ ਕਹਿੰਦਾ ਇੱਕ ਵਾਰੀ ਜ਼ੋਰ ਦਾ ਤਾੜੀ ਮਾਰ ਕੇ
ਕਿੰਨੀ ਵਧੀਆ ਤਾੜੀ ਜਿਵੇਂ ਤਰਪਾਲ ਤੇ ਕਣੀਆਂ ਪੈਂਦੀਆਂ ਨੇ ਕਿਤੇ ਕਿਤੇ ਛਿੱਟੀ ਗਈ ਸੋ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਸੋ ਗੀਤ ਲੈ ਕੇ ਤੁਹਾਡੇ ਰੂਬਰੂ ਲਵਪ੍ਰੀਤ ਚੌਹਾਨ ਲਓ ਜੀ ਹੁਣ ਕਿਉਂਕਿ ਬੜੀਆਂ ਅਜੀਮ ਜਿਮ ਹਸਤੀਆਂ ਬੜੇ ਅਫਸਰ ਸਾਹਿਬਾਨ ਸਾਰਿਆਂ ਦਾ ਜੀ ਆਇਆ ਲਾਸਟ ਗੀਤ ਆ ਜੀ ਹੱਦ ਨਾਲੋਂ ਵੱਧ ਕੇ ਤੂੰ ਸੋਹਣੀਏ ਸੋਹਣੀਏ Thank you.
ਨੂੰ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਰੱਬ ਫੇਰ ਕੀ ਕਰਾਂਗੇ ਸਾਨੂੰ ਤੇਰੇ ਨਾਲ ਮੁਕਤੀਏ ਜੇ ਪਿਆਰ ਹੋ ਗਿਆ ਨੀ ਰੱਬ ਫੇਰ ਕੀ ਕਰਾਂਗੇ ਉਹ ਸਾਨੂੰ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਰੱਬ ਫੇਰ ਕੀ ਕਰਾਂਗੇ ਉਹ ਸਾਨੂੰ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਰੱਬ ਫੇਰ ਕੀ ਕਰਾਂਗੇ ਉਹ ਸਾਨੂੰ ਤੇਰੇ ਨਾਲ ਸੋਹਣੀਏ ਜੇ ਪਿਆਰ ਹੋ ਗਿਆ ਨੀ ਰੱਬ ਫੇਰ ਕੀ ਕਰਾਂਗੇ तहदिल शुक्रगुजारा प्रबंधक कमेटी का सारे अफसर साहबान का सारे पेंड निवासी का अंकल जी का कमलजीत जी का भाजी मेरे वड्डे भाई साहब अमरजीत भाजी का सजिंदियां का सारे का धन्यवाद तहदिल शुक्रगुजारा इन्नी हाजिरी कबूल करो जी थैंक यू सो मच पतंदर मैनू भी वड्डा कही शेप कराने तो बाद दाड़ी मेरे फुटी है तेरी भी होनी फुटनी है ना दोनों एक जी सो प्रबंधक वालों हुक्म है भी साढ़े अपने तुहाडे हरमन सिद्धू जी कलाकार साढ़े दरबार पहुँच चुके ने सो हरिंदर संधु जी भी इधर भाई पिंडे शाह जी भी बा जसप्रीत जी बाबा बोट शेरां दे बादशाह जी नूं जे कुलदीप मान गुरु कलियां दे बादशाह नाल मुहम्मद सदीक नूं दुगाणियां दे बादशाह नाल ते करतार रमला जी नूं शेरां दे बादशाह नाल नवाजा गया जिहने कि करतार रमला जी ਬੀਬਾ ਤੇਜਵਰ ਸਿੱਧੂ ਜੀ ਉਹ ਵੀ ਤੁਹਾਡੇ ਰੂਬਰੂ ਹੋਣਗੇ ਸੋ ਉਸ ਤੋਂ ਪਹਿਲਾਂ ਬੇਨਤੀ ਕਰਾਂ ਬਿੱਲਾ ਮਾਣੇ ਵਾਲੀਏ ਜੀ ਦੋ ਗੀਤਾਂ ਨਾਲ ਹਾਜ਼ਰ ਉਸ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਵਾਰੀ ਨਾਲ ਇੱਦਾਂ ਹੀ ਚੱਲੀ ਜਾਣਾ ਆਪਾਂ ਘਰੇ ਇਹੀ ਕੰਮ ਕਰਨਾ ਸਾਰੀ ਦੇਣੀ ਹੁਣ ਸਰਤਾਰੀ ਵਾਰ ਦੇ ਕਰੀ ਗੀਤ ਨਾ ਦੇਖੋ ਧਾਰਮਿਕ ਗੀਤ कई बार मेले से जाने प्रोग्राम हों कलाकार धार्मिक गीत नहीं गाँव अगला कहता जरा मेरी तो वारी कट्टी की मुड़ के मैं किसी ने पूछना ही नहीं एक तो साढ़े स्रोते बहुत घट हो भरमे मेले च हाजिरी लगानी हर एक बंदा खुश नसीब समझता पर आप यहोजा पारा रह नहीं देना एक तारी साढ़े कैमरामैन वीर भी जरूर मार दो यार जोरदार तड़ मार हाँ आप किसी ला के गल नहीं करते बहुत सारिया सरकार आई सारे रली मिले बैठे सारे ने कहा भी एक अख नाल वेखण वाला राज देवांगे पता नहीं आवे कि ना आवे साडी उम्र से तो आउंदा ही नहीं गया पर एक महक मैं इहो जिहा चाहे किसी गरीब दे जावे चाहे अमीर दे जावे ब्याह दा प्रोग्राम होवे शगन दा प्रोग्राम होवे जलेबियां वाला भड्डा बड़ा बुड़ी इधर उधर होया होवे ये सारे नूं एक अख नाल जरूर वेखदे ने ते जे किते इहनां दा धन्नवाद करदे तां आपां नूं पता भी सेंड वालिआं दा पता लगदा मोगे वाली भूआ नंगी मूँह नहीं दिसण दिंदे उहदे बंदे दा कैमरे च सो धन्नवादी हैं सारे जिन्ने भी साडे कैमरामैन टीम आ प्रेस रिपोर्टर मीडिया वालों जिन्ने भी ने सारे दे तहत तों शुक्र गुजारां सो हाजरी तुहाडा अपना भी बिल्ला माणे वाले बहुत मेहरबानी सो एक बार फिर हाजरी लाउण दा मौका मिलिआ मेरी आने वाली टेप जट सौदा उस विचों गीत पेश कर लगे बहुत ही शोशे बाजी लाउंदी आदमी नू लीक भाई लक्की शाह जी जिन्हां दा अज विशेष तौर पर सम्मान आ बहुत वधिया राइटर मेरे सामने बैठे है जी हां होर सरदार बूटा सिंह जी होर मेरे सत्कारयोग सज्जन बैठे है सो सारयां नूं फिर जी हां ओ किशो छे बाजी लाउंदी आदमी नूं लीक ओ जट सौदा ठीक है बई जट सौदा ठीक है जट सौदा ठीक है बई जट सौदा ठीक है जट सौदा ठीक है बई जट सौदा ठीक है सोनी टेंट हाउस
सोनू टैग दस दो 100 रुपए ना मान करके गया सो नाइस थैंक यू खुशी नू मनाना है निका जया पैग पाके हौली हौली लाना है उंज कहना असी अज खुशी नू मनाना है निका जया पैग पाके हौली हौली लाना है भर लै गलास पूरा छत पर खरा खूरा गिलास पूरा छत पर खरा खूरा मीट गया खानो यारा मीट गया खानो यारा ना जाए कटीका हो जट सोता जट सोता ठीक है भाई जट सोता ठीक है अपनी मशूक तक लारा कोई लाइन तोर तो बगैर गुड्डी अंबरा चाई अपनी मशूक तक लारा कोई लाइन अंबरा तो तोड़ चन तारे चोली पाइन करी गुमरान खेती कोई दा भला केड़ा सौखा कम भला केड़ा सौखा कम जोड़ा चल तीका ओ जट सौदा ओ जट सौदा ठीका भई जट सौदा ठीका भई जट सौदा ठीका दोस्तां च बह के हर कदे मारी ना तोर तो बगैर गुड्डी अंबरा उजाड़ी ना यारा दोस्तां च बह के हर कदे मारी ना तोर तो बगैर गुड्डी अंबरा उजाड़ी ना जात नू छपाई ना जमीर नू गराई ना जात नू छपाई ना जमीर नू गराई जात पात पुछदा नी जात पिले पुछदा नी जेड़ा सच्चा मीता ओ जट सौदा जट सौदा ठीक है भई जट सौदा ठीक है जट सौदा ठीक है भई जट सौदा ठीक है जट सौदा ठीक है भई जट सौदा ठीक है जट सौदा ठीक है भई जट सौदा ठीक है जट सौदा ठीक है बहुत मेहरबानी जे जट सौदा ठीक है तो मार दो ताड़ी जट सौदे जी क्योंकि वैसे गल्लां सच्चियां बहुत ही घट होंदियां बहुते लोकां दे पाए भरम होंदे गल्लां सच्चियां बहुत ही घट होंदियां बहुते लोकां दे पाए भरम होंदे पुत जटा दे बोलन बेशक कौड़ा पर अंदरों दिल दे बड़े ही नरम होंदे इसे कर कहिंदे वी जट सौदा ही ठीक है सो मैं ज़्यादा समा ना मेरे जिहड़ा समा सी खत्म हो चुके मैं अपने साथी कलाकार भाई मंदर भीले वाले नूं बेनती करदा कि मैं इक दी जिहड़ी स्टेज की अगली कारवाई वह करदे कि क्योंकि हदों ज़्यादा बोलन माड़ा तो हदों ही बहुत ही चुप करी
हदों ज्यादा सर्दों सर्दी माड़ी तो हदों ही बहुत ही धुप बुरी, हदों ज्यादा बोलन माड़ा हदों ही बहुत ही धुप बुरी, हदों ज्यादा सर्दी माड़ी तो हदों ही बहुत ही धुप बुरी, लंघना पैंदा अख बचा के लेनी चीज उधार बुरी, नमक हरामी बंदा माड़ा ते औरत है बदकार बुरी। मैं औरत सारिया की नहीं गल करता गा, ये कई बार उन्होंने औरतों की गल कर जी पोह महीने पीकों ने पेंडी जी लाई रखनी, क्योंकि जिथे भाइयों की आपस में बनती नहीं उत्थे लोड़ होंदी है सदा एक ही, जिथे भाइयों की आपस में बनती नहीं उत्थे लोड़ होंदी है सदा एक ही, जिहड़ी औरत वसना नहीं चाहती वह खिच करती है पेके की। माड़ी जी गल तो रस्सी चक्की चो नहीं चल पेकों की, मुड़ के सरपंच के फोन की गल होंदी है कहिंदी भाई उन्होंने लैके आई नाल, पर मैं एक गल जरूर कहूँगा साडे पंजाबियों के बोल ने साडे बजुर्गों के बोल ने कि शराबी ठेके चो ते तीवी पेके चो डांग बेड़ा नहीं निकलते, पांच एक फुट का डंडा लेइए चुप करके तुरी आउंदे मूहे, जिहड़ी औरत वसना नहीं चाहती वह खिच करती है सदा पेके की, जेड़े दिल से इश्क की सट लगी उन्हें लोड़ प्यार दे सेके दी, वह जिन्हें यारा दे नैणा चो पी ली वह मुड़ के नहीं मंगते ठेके की। सो ठेके की शराब वर्गा दिखाना की देख। सरदार गुरजंट सिंह जी संघा साहब मैंबर, बहुत बहुत मान करके गया, सो नाइस थैंक यू। हेलो 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 आप कर कमली यार दी कमली मैं कमली यार दी कमली यार दी कमली यार दी कमली 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 वे मैं कमली कमली
कमली ने मैं कमली कमली ने मैं कमली कमली यार दी कमली वे कमली यार दी कमली वे मैं कमली यार दी सूहे बेचीरे वाले फुल कितना दे सूहे बेचीरे वाले फुल कितना दे कितना लाई बहार मेले मित्रा दे कितना लाई बहार मेले मित्रा दे सूहे बेचीरे वाले मैं तेनी सूहे बेचीरे वाले मैं तेनी हर शतरी दी शाम जावे बेनी हर हर शतरी दी शाम जावे बेनी बहुत वधिया माहौल बने तो एक जिंदगी की चकलो चकलो बिचे वो जद मैं पैदा होई नी फिर तोतली बाज च रोई वो जद मैं पैदा होई नी फिर तोतली बाज च रोई वो जो तो तोतली बाज च रोई तो फिर चकलो 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 फिर मैं होई मुटियार नी मेरे अगे पिछे यार नी फेर मैं होई मुटिया मेरे अगे पिछे यार मेरे अगे पिछे यार फिर होई चकलो 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 नी मैनू मिल गया सोना माही नी फेर मैं गई व्याही नी मैनू मिल गया सोना माही जद मिल गया सोना माही ते फिर चकलो 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 फिर मैं होई बुढ़ी ये सारे समा होना जी।
फिर मैं होई बुढ़ी नी कदे इधर डिगी ते कदे उधर डिगी नी फिर मैं होई बुढ़ी कदे इधर डिगी ते कदे उधर डिगी नी जद इधर डिगी ते उधर डिगी ते फिर चकलो 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 समा मेरा आया रिश्तेदारा घेरा पाया फिर अंत समा मेरा आया रिश्तेदारा घेरा पाया नी सारा गहना गट्टा लाया ते फिर तुरू आवाजा आया जद धुरो आवाजा आया तो फिर चक लो चक लो चक लो चक लो फिर चक लो चक लो चक लो चक लो कमली यार दी कमली यार दी कमली बहुत मेहरबानी एक बार ताली ला दी लाल शेर सिंह जी मन साहब साढ़े विराजमान होए सो सारे वालों साढ़े वालों जी आए साढ़े टीना भाजी रविंदर टीना जी म्यूजिक डायरेक्टर साहब साढ़े विराजमान होया सो इन खंभा सिर ते असी उठना जी एक मेरे दोस्तों की फरमायश कल तू चिट्ठी फड़ाई वे उदो वेहती सी मेरी ताई जो कल तू चिट्ठी फड़ाई वे उदो वेहती सी मेरी ताई तू चिट्ठी फड़ाई वे उदो वेहती सी मेरी ताई वे उन्ने मोरा ना गल छपाई ते चुगली करनी वे भाई जान ना मरदी वे भाई सोने मरदी वे मैं भाई जान ना मरदी वे कापी विचो कट के चिट्ठी मम्मी ने झट पढ़ ली वे कापी विचो कट के चिट्ठी मम्मी ने झट पढ़ ली वे विच परस दे रखी सी फोटो ओ भी तेरी पढ़ ली वे विच परस दे रखी
फोटो ओ भी तेरी पढ़ ली वे मेरी गुप्त मुंह मटा चढ़ाया सकेंदी आगे कम बनाया दो तीन जड़ी वे आए जाल आए सोने मरगी वे आए जाल मरगी वे लैन दे बाप तेरे नू कहिंदी झंड लवाउणीआं वड्डी इश्क मजाजा पट्टिए तैनू हीर बनाउणीआं वड्डी इश्क मजाजा पट्टिए तैनू हीर बनाउणीआं गोर मुख दे दासियां चाहियां वे मैनू नचियां तरेड़ियां आईयां कसूती अड़ी वे आए जाल मैं आए सोने मरगी वे आए जाल मैं मरगी वे बिल्लिया माने वाले लभ लै कोई बचोला दे कर देना हूं व्या मापिया तैथो कादा ओला वे कर देना हूं व्या मापिया तैथो कादा ओला वे कहते कैजो मैनू हटा तो बस अगे होर नहीं असी पढ़ा किस्मत सड़गी वे हाए जाल सोने मरगी वे मैं हाय जाल मरगी वे मैं हाय सोने मरगी वे मैं हाय जाल मरगी वे बहुत मेहरबानी एक ताड़ी ला दो हाँ जी थैंक यू बहुत बहुत धन्यवाद श्री बाबा मानदास जी बाबा सरगत जी सलाना बरसी के एकत्र हुए रब वर्गी सरोते सरदार निर्मल सिंह जी संघा साहब समूह संघा फैमिली सरदार सुखचैन सिंह जी साहब का सरपंच नगर निवासी ग्राम पंचायत जिन्हें भी इलाके तो दूरों नेड़े चल के रब वर्गे सरोते पहुंचे ने मैं सरदार सुखचैन सिंह जी बराड़ साहब साबका सरपंच सरदार निर्मल सिंह जी संघा साहब एम सी साहब बहुत ही रिस्पैक्टेड मान असि जिन्हें भी इलाके के पंच सरपंच साडे वी आई पी गैसट अज के इस मेले में पहुंचे ने मैं स्पैशल तौर पर जी आखदा हाँ मोस्ट वेलकम प्यार भरी सत श्रीकाल बहुत ही रिस्पैक्टेड मान असि सरदार तार सिंह जी संघा साहब जिन्हें वालों बहुत सारा प्यार बहुत सारा मान मिले जदों सीनियर अगे बैठे हो बड़ा औखा हो जाता स्टेज को कंपेयर करना पंजाबियों का माण पंजाबी मां बोली का शिंगार जिन्हें ने पंजाब लैवल से नहीं बल्कि इंडिया लैवल से चाहे वह सियासती स्टेज हो कोई सभ्याचार स्टेज होने पूर्ण तौर पर अपने तनों मनों नवाया है साडे रब लोग श्री देसराज शर्मा जी सो पवन शर्मा जी मंच चालक वह भी इतने पहुंचे ने सो सरदार शेर सिंह जी मंड साहब साढ़े बहुत ही रिस्पैक्टेड मानस सिंह सरदार बूटा सिंह जी सरपंच साहब तो कले कले का ना बोलना पाया समा बहुत लग जाना है समा घट है कम ज्यादा अपने को कहते कोई पता नहीं तकड़े को माड़ा भी छाती तल जाए यह मूड मूड दिया गल है कि पता है मूड कदों बन जाए सारे का मूड बने पर खराब ही नहीं हो देना गा बहुत ही रिस्पैक्ट सत्कारयोग भैन छोटे छोटे बच्चे रब वर्गे वीर पिता समान बुजुर्ग मैं एक बार फिर अज के इस मेले में जिन्हें भी
ਸਾਡੇ ਰਾਮਰ ਕੇ ਸਰੋਤੇ ਪਹੁੰਚੇ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਮੋਸਟ ਵੈਲਕਮ। ਸੋ ਜ਼ਿਆਦਾ ਸਮਾਂ ਨਾ ਲਈਏ, ਕਹਿੰਦੇ ਜਦੋਂ ਦੇਸ਼ ਨੂੰ ਕੁਰਬਾਨੀ ਦੀ ਲੋੜ ਪੈਂਦੀ ਸੀਸ ਪਹਿਲਾਂ ਹੀ ਸਿੰਘ ਦਾ ਲੈ ਜਾਂਦਾ। ਲੱਕੀ ਸ਼ਾਹ ਜੀ ਬੈਠੇ ਨੇ ਬਹੁਤ ਅੱਛੇ ਗੀਤਕਾਰ, ਉਹਨਾਂ ਦਿਨਾਂ ਵਿੱਚ ਉਦੋਂ ਕਿੱਥੇ ਗਿਆ ਰੱਬ ਸੀ। ਸੋ ਨੌਜਵਾਨ ਪੀੜ੍ਹੀ ਨੇ ਬੜਾ ਮਾਣ ਬਖਸ਼ਿਆ ਹੈ ਕਿ ਹੈਲੋ ਪੂਜਾ ਹਾਏ ਪੂਜਾ ਉਹ ਵੀ ਸਾਡੇ ਦਰਮਿਆਨ ਨੇ। ਸੋ ਮੈਂ ਸ਼ਿਵਾਜੀ ਸਾਹਿਬ ਤੋਂ ਧੰਨਵਾਦ ਕਰਦਾ। ਕਹਿੰਦੇ ਜਦੋਂ ਦੇਸ਼ ਨੂੰ ਕੁਰਬਾਨੀ ਦੀ ਲੋੜ ਪੈਂਦੀ ਸੀਸ ਪਹਿਲਾਂ ਹੀ ਸਿੰਘ ਦਾ ਲੈ ਜਾਂਦਾ। ਜਦੋਂ ਧਰਮਾਂ ਦੇ ਲਈ ਤਲਵਾਰ ਉੱਠਦੀ ਤੇ ਖੂਨ ਪਾਣੀ ਵਾਂਗਰਾ ਵਹਿ ਜਾਂਦਾ। ਤੱਤੀ ਤਵੀ ਤੇ ਤਸੀਹੇ ਦੇ ਵੇਖੇ ਮਰਦਾ ਸਿੰਘ ਵੀ ਵਾਹਿਗੁਰੂ ਕਹਿ ਜਾਂਦਾ। ਇਹ ਤਾਂ ਉੱਬਲਦਿਆਂ ਪਾਣੀਆਂ ਵਿੱਚ ਹੱਸਦਾ ਏ, ਆਰਿਆ ਥੱਲੇ ਵੀ ਪੀੜਾ ਸਹਿ ਜਾਂਦਾ। ਲੱਕੀ ਸ਼ਾਹ ਜੇ ਨਾਲ ਸਿਆਸਤ ਦੀ ਜੰਗ ਛਿੜਦੀ ਸਾਡਾ ਹਰਿਮੰਦਰ ਹੀ ਕਾਹਤੋਂ ਟਹਿ ਜਾਂਦਾ, ਸਾਡਾ ਕਾਲ ਤਖ਼ਤ ਹੀ ਕਾਹਤੋਂ ਟਹਿ ਜਾਂਦਾ। ਤੋਂ ਜ਼ਿਆਦਾ ਸਮਾਂ ਨਾ ਲਈਏ, ਉਹ ਪੰਜਾਬ ਦਾ ਉੱਭਰਦਾ ਗਾਇਕ ਜਿਨ੍ਹਾਂ ਨੂੰ ਤੁਸੀਂ ਮਨਾ ਮੁਣੀ ਪਿਆਰ ਬਖਸ਼ਿਆ, ਬਹੁਤ ਬਹੁਤ ਧੰਨਵਾਦੀ ਹੈ ਭਾਈ ਮੋਹਗੀ ਮਾਨ ਜੀ। ਤੋਂ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ, ਤੁਹਾਡੇ ਚਰਨਾਂ ਦਾ ਪਿਆਰ ਲੈਣ ਦਾ ਮੌਕਾ ਮਿਲਿਆ। ਸੁਨਾਲ ਦੀਆਂ ਤੁਹਾਡੇ ਰੂਬਰੂ ਕਰਨ ਜਾ ਰਹੇ ਹੈ। ਕੁਝ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਜਿਨ੍ਹਾਂ ਨੂੰ ਤੁਸੀਂ ਅਕਸਰ ਟੀਵੀ ਚੈਨਲ ਤੇ ਦੇਖਦੇ ਰਹਿੰਦੇ ਹੋ। ਪੇਪਰ ਦਾ ਪਿਆਰ ਬੜਾ ਪਿਆਰ ਬਖਸ਼ਿਆ, ਬੜਾ ਮਾਨ ਬਖਸ਼ਿਆ। ਰੰਗ ਜ਼ਰੂਰ ਸਾਵਲਾ ਪਰ ਗੁਣ ਬਹੁਤ ਆ ਉਹਦੇ ਵਿੱਚ। ਤੁਹਾਡੇ ਰੂਬਰੂ ਕਰਨ ਜਾ ਰਹੇ ਹੈ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਮੇਰੀ ਬਰਾਦ ਹਰਬੰਸ ਸਿੰਘ ਜੀ। ਵਾਰ ਵਾਰ ਕਹਿਣ ਦੀ ਲੋੜ ਨਾ ਪਵੇ, ਜਿੰਨੀਆਂ ਤੁਹਾਡੀਆਂ ਤਾੜੀਆਂ ਵੱਜਣੀਆਂ ਸਟੇਜ ਨੂੰ ਉਨੀ ਗਰਮ ਹੋਣਾ। ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਮਿਹਰਬਾਨੀ ਕਰਕੇ। ਇੱਧਰੋਂ ਆਵਾਜ਼ ਜ਼ਿਆਦਾ ਆਉਂਦੀ ਹੈ ਤੁਹਾਡੇ ਵੱਲੋਂ ਘੱਟ ਆਉਂਦੀ। ਸਾਡੇ ਇੱਕ ਬਜ਼ੁਰਗਾਂ ਦੀ ਕਹਾਵਤ ਹੈ, ਜਿੰਨਾ ਚਿਰ ਦੁਨੀਆਂ ਰਹੂਗੀ ਨਾ ਸਾਡੇ ਬਜ਼ੁਰਗਾਂ ਦੀਆਂ ਕਹਾਵਤਾਂ ਚੱਲਦੀਆਂ ਰਹਿਣਗੀਆਂ। ਸਾਡੇ ਬਜ਼ੁਰਗਾਂ ਨੇ ਕਹਾਵਤ ਇਹਨਾਂ ਦਿਨਾਂ ਦੇ ਵਿੱਚ ਹੀ ਬਣਾਈ ਸੀ। ਸਾਡੇ ਬਜ਼ੁਰਗਾਂ ਦੀ ਇੱਕ ਕਹਾਵਤ ਹੈ, ਕਹਿੰਦੇ ਚੜ ਗਿਆ ਪੋ ਬਚਣਗੇ ਉਹ, ਚੜ ਗਿਆ ਪੋ ਬਚਣਗੇ ਉਹ, ਜਿਹੜੇ ਕੋਟੀਆਂ ਸਵੈਟਰ ਪਾਈ ਰੱਖਣਗੇ ਤੇ ਤਾੜੀਆਂ ਮਾਰੀ ਜਾਣਗੇ। ਕਿਉਂਕਿ ਜ਼ੋਰਦਾਰ ਤਾੜੀ ਨਾਲ ਹੀ ਇੱਧਰ ਮਾਹੌਲ ਨੇ ਗਰਮ ਹੋਣਾ। ਸਿਆਣੇ ਕਹਿੰਦੇ ਸਿੱਖ ਨੂੰ ਦਾੜੀ ਦਾ, ਬੰਗਾਲਾਂ ਨੂੰ ਸਾੜੀ ਦਾ ਤੇ ਕਲਾਕਾਰ ਨੂੰ ਤਾੜੀ ਦਾ ਹੌਸਲਾ ਹੁੰਦਾ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਸੋ ਜ਼ਿਆਦਾ ਸਮਾਂ ਨਾ ਲਈਏ, ਉਹ ਸੋਹਣਾ ਸੁਨੱਖਾ ਗੱਭਰੂ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਰੰਗ ਕਾਲੇ ਦੇ ਨਾ ਜਾਓ ਜੀ, ਬੰਦੇ ਦੇ ਗੁਣ ਵੇਖੀ ਦੇ ਹੁੰਦੇ ਆ। ਜੇ ਰਾਤ ਨਾ ਹੁੰਦੀ ਦਿਨ ਨੂੰ ਕਿਸੇ ਨੇ ਪੁੱਛਣਾ ਨਹੀਂ ਸੀਗਾ, ਤੇ ਕਾਲੇ ਰੰਗ ਕਰਕੇ ਗੋਰੇ ਦੀ ਕਦਰ ਹੈ। ਤੋਂ ਜ਼ਿਆਦਾ ਸਮਾਂ ਨਾ ਲਈਏ, ਤੁਹਾਡੇ ਰੂਬਰੂ ਬਾਈ ਹਰਮਨ ਸਿੱਧੂ ਜੀ। ਭੈਣ ਭਰਾ ਪਿਓ ਮਾਂ ਬੋਲਾਂ, ਮੁਰਸ਼ਦ ਕਹਾਂ ਗੁਰਪੀਰ ਸੱਦਾਂ, ਜਾਂ ਫਿਰ ਹਰ ਇੱਕ ਨੂੰ ਰੱਬ ਦੀ ਥਾਂ ਬੋਲਾਂ। ਸੋਚ ਰਿਹਾ ਇਸ ਦੀ ਮਹਿਫਲ ਵਿੱਚ ਮੈਂ ਬੋਲਾਂ ਜਾਂ ਨਾ ਬੋਲਾਂ, ਕਿਉਂਕਿ ਇੱਥੇ ਹਰ ਸ਼ਖਸੀਅਤ ਨਾਮੀ ਹੈ। ਮੈਂ ਕਿਹਦਾ ਕਿਹਦਾ ਨਾ ਬੋਲਾਂ, ਮੈਂ ਕਿਹਦਾ ਕਿਹਦਾ ਨਾ ਬੋਲਾਂ। ਸੋ ਇੱਕ ਵਾਰ ਮੇਰੇ ਵੱਲੋਂ ਇੱਥੇ ਪਹੁੰਚੇ ਸਾਰੇ ਮਿੱਤਰ ਦੋਸਤ ਸੱਜਣ ਜਿਹਨੇ ਵੀ ਸਰੋਤੇ ਤੇ ਪਹੁੰਚਣੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗੱਜ ਕੇ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਵਧੀਆ ਮਾਹੌਲ ਹੈ ਜੀ। ਮੇਰਾ ਬਹੁਤ ਵਧੀਆ ਪਰਮ ਮਿੱਤਰ ਹੈ ਮੋਦੀਪ ਮਾਨ, ਉਹਦੇ ਨਾਂ ਦੇ ਵੀ ਇੱਕ ਵਾਰ ਤਾੜੀ ਮਾਰ ਦਿਓ ਜੀ, ਜਿਹਦੀ ਬਦੌਲਤ ਤੇ ਜਿਹਨਾਂ ਦੀ ਮਿਹਨਤ ਇਹ ਪ੍ਰੋਗਰਾਮ ਅੱਜ ਦਾ ਹੋਇਆ। ਅਸੀਂ ਪਿਛਲੇ ਸਾਲ ਕੈਨੇਡਾ ਇਕੱਠੇ ਗਏ ਸੀ, ਸੋ ਬਹੁਤ ਵਧੀਆ। ਉਸ ਤੋਂ ਬਾਅਦ ਸਾਡੀ ਇੰਨੀ ਮਿੱਤਰਤਾ ਪਈ, ਬਹੁਤ ਪ੍ਰੋਗਰਾਮ ਤੇ ਅਸੀਂ ਇਕੱਠੇ ਹੋਏ। ਮੇਰੇ ਵੀਰ ਨੇ ਹੁਕਮ ਲਗਾਇਆ ਸੀ, ਮੈਂ ਕਿਹਾ ਜ਼ਰੂਰ ਪਹੁੰਚਾਂਗੇ। ਸੋ ਅੱਜ ਦਾ ਇਹ ਪ੍ਰੋਗਰਾਮ ਨਿਰਮਲ ਸਿੰਘ ਸੰਘਾ ਜੀ ਐਮ ਸੀ ਪ੍ਰਧਾਨ ਸੋਸਾਇਟੀ, ਉਹਨਾਂ ਦਾ ਵੀ ਥੈਂਕਸ, ਤੇ ਨਾਲ ਹੀ ਸਾਡਾ ਵੀਰ ਮੰਦਰ ਬਹੁਤ ਵਧੀਆ ਸਟੇਜ ਸੰਚਾਲਕ ਨੇ, ਔਰ ਸਾਰਿਆਂ ਦਾ ਵੈਲਕਮ ਕਰਦਾ ਜੀ। ਥੈਂਕਸ ਟੂ ਆਲ ਆਫ ਯੂ, ਐਂਡ ਮੇਰੇ ਬਹੁਤ ਵਧੀਆ ਮਿੱਤਰ ਵੀ ਨੇ ਸਾਡੇ ਨਾਲ ਆਏ ਨੇ। ਸੋ ਦੋ ਲਾਈਨਾਂ ਸ਼ੁਰੂ ਕਰਨ ਲੱਗਿਆ ਜੀ,
यारी दोस्ती की गल अक्सर मैं स्टेज पर करता हूं जिंदे को यार सच्चे ने कहते को कदों यार ही रब वसदा यार बहारा मेले मित्रा दे जिहड़ा औखे वेले खड़े यार उही हुंदा क्योंकि खुशी च लड्डू खाण तां जी सारे आ जांदे जी। अज दे टाइम पैसे का जमाना लोग पैसा बहुत वड्डी चीज है एक थां ते क्योंकि पैसे बिना कोई काम नहीं चलता उत्थे पैसा वड्डी चीज है पर एक थां ते पैसा कुछ भी नहीं जिथे पैसे करके यारी च फर्क पैंदा रिश्तेदारियां टुटदियां ने। बहुत लोग मतलबी हो गए ने पर मैं जो गल कर लगे मेरे सच्चे यारां दी जिहड़े अक्सर नाल खड़े ने पैसे नूं ठोकर मार के यारी लई खड़े ने उन्हां दोस्तां लई मेरा साथ निभाया जिन्ना ने ओ मैं उन्हां जोगा रह जावां ते मेरे दर्द बंडाए जिन्ना ने दुखी उन्हां दे सब सह जावां मैं यार नहीं कहता उन्हां नूं बस डरदा इसे गल्लों कि तेरा पुबर की ओ सजना नूं कुछ थोड़ा बुरा ना कह जावां जे दिल विच जगाओ नहीं दिंदे जे दिल विच जगाओ नहीं दिंदे इस गल दा हर मन नूं गिला नहीं पर दूर होना मंजूर नहीं भावें चरना जोगा रह जावां पर दूर होना मंजूर नहीं भावें चरना जोगा रह जावां पैंदिया गड़ासिया च नाल मेरे खड़े जो मेरे पिछे मेरे नालों पहला सीगे लड़े जो ओ पैंदिया गड़ासिया च नाल मेरे खड़े जो मेरे पिछे मेरे नालों पहला सीगे लड़े जो ओ ना मेरे पिछे लिया सिरी उत्ते मारा दा ओ मैं किंज करा शुकराना रब वर्गे यारां दा मैं किंज करा शुकराना मेरे जिगरी यारां दा जिन्ना भी बदौलत स्टेज उत्ते चढ़िया सामने मैं लोक अपने कार बन खड़िया बड़े अनमोल बड़े अनमोल संगीत आते गीत करा दा ओ मैं किंज करा शुकराना रब वर्गे यारां दा मैं किंज करा शुकराना मेरे यगिर ही आरादा। तो इसे नाल ही ज्यादा टाइम ना लाइए शुरू कर लगे जी फरमाइशा भी आईया ने इतने आप आर्टिस्ट भी बन के आए मैं दोस्त बन के आए क्योंकि अपने सारे मित्र ने सारे मित्रां दा प्रोग्राम है सारे गीत सुना के जावांगे जो जो तुहाडियां फरमाइशां पेपर जां प्यार जुग नहीं घरों चंगी जिन्हां गल्लां तुसीं बड़ा प्यार दिता। हाँ जी तो पिछले एल्बम दे विच गाना आया सी बहुती टौर शौर नहीं लाउंदे पैसे दी ना धौंस दिखाउंदे सिद्धा सादा जीवन पेंडू एवें फोका रोग नहीं पाउंदे साडे शौक भी देसी ने देसी जे बंदे आ घरों भी चंगे आ नाले दिलों भी चंगे तो साडे नागी जी गीतकार उन्हां दा वेलकम बहुती टौर शौर नहीं लाउंदे पैसे दीना तौंस दिखांदे ओ सिद्धा सादा जीवन पेंडू ऐवें फोका रोब नी पाउंदे ओ साडे शौक भी देसी ने देसी जे बंदे आ टौर शौर नी लांदे Oh!
ਹੋਰ ਨਹੀਂ ਜਾਉਂਦੇ ਪੈਸੇ ਦੀ ਨਾ ਤੌਤ ਦਿਖਾਉਂਦੇ ਸਿੱਧਾ ਸਾਦਾ ਜੀਵਨ ਪੇਂਡੂ ਐਵੇਂ ਧੋਖਾ ਰੋਬ ਨਹੀਂ ਪਾਉਂਦੇ ਹੈ ਸਾਡੇ ਸ਼ੌਕ ਵੀ ਦੇਸੀ ਨੇ ਸਾਡੇ ਸ਼ੌਕ ਵੀ ਦੇਸੀ ਨੇ ਦੇਸੀ ਜੇ ਬੰਦੇ ਆ ਘਰੋਂ ਵੀ ਚੰਗੇ ਆ ਘਰ ਦੀ ਲੋ ਵੀ ਚੰਗੇ ਆ ਘਰੋਂ ਵੀ ਚੰਗੇ ਆ ਘਰ ਦੀ ਲੋ ਵੀ ਚੰਗੇ ਮੋਦੀ ਮਾਨ ਤੇ ਸਾਡੇ ਨਿਰਮਲ ਸੰਗਤ ਉਹਨਾਂ ਬਤੋਂ ਬਹੁਤ ਸਾਰਾ ਮਾਨ ਥੈਂਕ ਯੂ ਹਾਂਜੀ ਸੋ ਇਸਦੇ ਨਾਲ ਹੀ ਫਰਮਾਇਸ਼ ਆਈ ਸੀ ਕਾਕੜਾ ਸਾਹਿਬ ਦਾ ਲਿਖਿਆ ਹੋਇਆ ਗਾਣਾ ਚਾਟੀਆਂ ਮਧਾਣੀਆਂ ਉਸ ਦਾ ਸਤਾਈ ਅੰਦਰਾ ਉਸ ਤੋਂ ਬਾਅਦ ਜਿੱਦਾਂ ਤੁਸੀਂ ਕਹੋਗੇ ਵੀਰ ਸਾਡੇ ਵਾਰਿਸਾਂ ਨੇ
ਦਿਲਾਂ ਚੋਂ ਵਿਸਾਰੀਆਂ ਰੋਂਦੀਆਂ ਨੇ ਮੈਸ਼ਾਂ ਵਿੱਚ ਲਹਿੰਗੇ ਫੁਲਕਾਰੀਆਂ ਸਾਂਭਿਆ ਨਾ ਗਿਆ ਤੇ ਇੱਥੋਂ ਮਾਂ ਦਾ ਸੰਦੂਰ ਸਾਡੇ ਵੀਰ ਗੁਰਮੀਤ ਜੀ ਬਹੁਤ ਬਹੁਤ ਵੈਲਕਮ ਮੇਰੇ ਵੀਰ ਸਾਡੇ ਮਿੱਤਰਾਂ ਦੀ ਦੁਨੀਆਂ ਦੇ ਵਿੱਚੋਂ ਗੁਰਮੀਤ ਮੇਰਾ ਵੀਰ ਵੈਲਕਮ ਕਰਦਾ ਜੀ ਮੈਂ ਸਾਂਭਿਆ ਨਾ ਗਿਆ ਤੇ ਇੱਥੋਂ ਮਾਂ ਦਾ ਸੰਦੂਕ ਗੱਲਾਂ ਕਰਦੇ ਕਰੋੜਾਂ ਵਾਰੀ ਦੀਰ ਦੀਆਂ ਉਹ ਪਹਿਲਾਂ ਹੀ ਅਸੀਂ ਭੁੱਲ ਕੇ ਮਧਾਣੀ ਮਰ ਜਾਣੀ ਹੁਣ ਚਾਤੀਆਂ ਵੀ ਆ ਗਈਆਂ ਸਟੀਲ ਦੀਆਂ ਉਹ ਪਿਰਸੇ ਦੇ ਵਾਰਸਾਂ ਨੇ ਦਿਲਾਂ ਚੋਂ ਵਿਸਾਰੀਆਂ ਆਹ
ਗੁਰਜੰਟ ਸਿੰਘ ਜੀ ਮੈਂਬਰ ਸਾਹਿਬ ਜੀ ਨੇ ਮੈਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਨ ਆ ਜਾ ਕਰੋ ਕੋਈ ਗੱਲ ਨਹੀਂ ਪੈਸਾ ਹੱਥਾਂ ਦੀ ਮੈਲ ਹੈ ਇਹੋ ਜਿਹੀ ਖੁਸ਼ੀ ਦੇ ਮੌਕੇ ਤੇ ਲੈਂਦੀ ਹੈ ਸੁਣਾ ਕੇ ਪ੍ਰੋਗਰਾਮ ਕੱਲਾ ਢੁੱਗੀ ਦੇ ਵਿੱਚ ਨਹੀਂ ਚੱਲ ਰਿਹਾ ਆਲ ਵਰਲਡ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਇਹ ਲਾਈਵ ਚੱਲ ਰਿਹਾ ਹੁਣ ਜੇ ਕਿਸੇ ਨੇ ਨੈੱਟ ਤੇ ਦੇਖਣਾ ਵੀ ਹੈ ਪੰਜਾਬ ਲਾਈਵ one.com ਤੇ ਜਦੋਂ ਤੁਸੀਂ ਨੈੱਟ ਖੋਲੋਗੇ ਕਿਉਂਕਿ ਹੁਣੇ ਹੁਣੇ ਇੱਕ ਕੈਨੇਡਾ ਤੋਂ ਕਾਲ ਆਈ ਹੈ ਫਿਰ ਸਪੈਸ਼ਲ ਉਹਨਾਂ ਨੇ ਹਰਮਨ ਜੀ ਨੂੰ ਬੇਨਤੀ ਕੀਤੀ ਹੈ ਜੁੱਤੀ ਨੂੰ ਲਵਾ ਲੈ ਘੁੰਗਰੂ ਬੜੀ ਖੁਸ਼ੀ ਹੈ ਜਿਹੜੇ ਆਊਟ ਆਫ ਇੰਡੀਆ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਨਿੱਘੀ ਬੁੱਕਲ ਦੇ ਸਾਂਭ ਕੇ ਰੱਖਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਕੈਨੇਡਾ ਦੇ ਵਿੱਚ ਬੈਠੇ ਜਾਂ ਅਮਰੀਕਾ ਕਿਤੇ ਵੀ ਬੈਠੇ ਹੈ ਜਿੱਥੇ ਵੀ ਦੁਨੀਆ ਵਸਦੀ ਹੈ ਜੋ ਨੈੱਟ ਖੋਲ ਕੇ ਬੈਠੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਮੈਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਮੇਸ਼ਾ ਪੰਜਾਬੀ ਵਿਰਸੇ ਨੂੰ ਪਿਆਰ ਕੀਤਾ ਆਊਟ ਆਫ ਇੰਡੀਆ ਜਾ ਕੇ ਤੋਂ ਜਦ ਅਸਮਾਨ ਆ ਵੀ ਗਏ ਤੇ ਕਿਤੇ ਬਾਈ ਜੀ ਫਿਰਦੇ ਸੀਗੇ ਪੈਗ ਸ਼ਕ ਲੱਗਿਆ ਕੋਈ ਗੱਲ ਨਹੀਂ ਕਹਿਣਾ ਕਿਸੇ ਨੂੰ ਕੁਛ ਨਹੀਂ ਗਾ ਪਿਆਰ ਨਾਲ ਬਿਠਾ ਦੇਣੇ ਸਿਆਣੇ ਕਹਿੰਦੇ ਕੋਈ ਲੂਣ ਦੀ ਚੂੰਡੀ ਨਾਲ ਪੈਗ ਲਾਉਂਦਾ ਤੇ ਕੋਈ ਭਾਲਦਾ ਭੁਰਜੀ ਆਂਡਿਆਂ ਦੀ ਕੋਈ ਲੂਣ ਦੀ ਚੂੰਡੀ ਨਾਲ ਪੈਗ ਲਾਉਂਦਾ ਕੋਈ ਭਾਲਦਾ ਭੁਰਜੀ ਆਂਡਿਆਂ ਦੀ ਤਰੀ ਮੀਟ ਦੀ ਕੁਰਤੇ ਤੇ ਡੋਲ ਲੈਂਦੇ ਦਾੜੀ ਲਿਪੜ ਦੀ ਰੋਟੀ ਖਾਂਦਿਆਂ ਦੀ ਪੀ ਕੇ ਮੁਫਤ ਦੀ ਘਰ ਵਾਲੀ ਨਾਲ ਕਲੇਸ਼ ਪਾਉਂਦੇ ਕੰਧੋਲਿਓ ਠਾ ਮਾਰਦੇ ਟੋਕਰੀ ਭਾਂਡਿਆਂ ਦੀ ਲੱਕੀ ਸ਼ਾਹ ਫਿਰ ਪੀਤੀ ਦਾ ਕੀ ਫਾਇਦਾ ਜੇ ਪੱਗ ਗਲ ਚ ਹੀ ਪੈ ਜੇ ਤੁਰੇ ਜਾਂਦੇ ਹੋ ਅਜਵਾਈ ਵੀ ਕਰਨਾ ਫੁੱਲ ਪੈਗ ਸ਼ਗ ਲਾਓ ਪਰ ਇਸ ਢੰਗ ਨਾਲ ਕਰਨਾ ਆਪਣੇ ਤੁਹਾਡਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਤੋ ਮੈਂ ਜ਼ਿਆਦਾ ਸਮਾਂ ਨਾ ਲਵਾਂ ਉਹੀ ਆਵਾਜ਼ ਉਹੀ ਅੰਦਾਜ਼ ਜੋ ਕੈਨੇਡਾ ਤੋਂ ਕਾਲ ਆਈ ਹੈ ਉਹਨਾਂ ਦੀ ਫਰਮਾਇਸ਼ ਤੇ ਕਿ ਜੁੱਤੀ ਨੂੰ ਲਵਾ ਲੈ ਕਿਉਂ ਗੁਰੂ ਥੈਂਕ ਯੂ ਜੀ ਸਾਡੇ ਹਾਂਜੀ ਸਾਡੇ ਸ਼੍ਰੀਮਤੀ ਪਰਮਜੀਤ ਗੁਲਸ਼ਨ ਜੀ ਐਮ ਪੀ ਫਰੀਦਕੋਟ ਉਹ ਚੰਦ ਮਿੰਟਾਂ ਵਿੱਚ ਸਾਡੇ ਦਰਬਾਰ ਪਹੁੰਚਣ ਵਾਲੇ ਨੇ ਸੋ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਵੀ ਆਈ ਪੀ ਗੈਸਟ ਜਿੰਨੇ ਵੀ ਮਹਿਫਲ ਦੇ ਵਿੱਚ ਵੀ ਆਈ ਪੀ ਗੈਸਟ ਬੈਠੇ ਨੇ ਸੋ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਸੋ ਬਹੁਤ ਹੀ ਅਜ਼ੀਜ਼ ਮਾਨਸਤੀਆਂ ਉੱਚੀਆਂ ਸੁਰਾਂ ਦਾ ਮਾਲਕ ਬਾਈ ਸੰਧੂ ਸਰ ਜੀ ਉਹ ਵੀ ਸਾਡੇ ਦਰਬਾਰ ਪਹੁੰਚ ਚੁੱਕੇ ਹੈ ਉਹਨਾਂ ਦੇ ਨਾਲ ਬਹੁਤ ਅੱਛੇ ਮਾਨਸਾਲਕ ਪਵਨ ਸ਼ਰਮਾ ਜੀ ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ ਸੋ ਹਰਮਨ ਸਿੱਧੂ ਜੀ ਜੁੱਤੀ ਨੂੰ ਲਵਾ ਲੈ ਕਹੂੰਗਾ ਹਾਂਜੀ ਮੈਂ ਜੁੱਤੀ ਨੂੰ ਲਵਾ ਲੈ ਘੁੰਗਰੂ ਹੁਣ ਮਾਰੀ ਲਲਕਾਰਾਂ ਮੇਰਾ ਵੀਰ ਮੋਢੀ ਮਾਂ ਦੱਸ ਕੇ ਗਿਆ ਸਰੀ ਤੋਂ ਫਰਮਾਇਸ਼ ਆਈ ਹੈ ਕੈਨੇਡਾ ਤੋਂ ਪਿਛਲੀ ਵਾਰ ਅਸੀਂ ਕੈਨੇਡਾ ਦੇ ਸ਼ੋਅ ਕੀਤਾ ਸੀ ਇਸ ਗਾਣੇ ਨੂੰ ਬਹੁਤ ਲਾਈਕ ਕੀਤਾ ਸੀ ਕਰਦੀ ਮੈਂ ਜੀ ਜੀ ਜੱਟਾ ਵਿਗੜ ਗਿਆ ਤੇਰੇ ਸਿਰੇ ਘੱਟਾ ਜੱਟਾ ਵਿਗੜ ਗਿਆ ਕੋਈ ਕਰ ਲੈ ਸ਼ਰਾਬੀ ਅੱਧ ਚਾਰਾ ਮੈਂ ਜੁੱਤੀ ਨੂੰ ਲਵਾ ਲੈ ਘੁੰਗਰੂ ਹੁਣ ਮਾਰੀ ਲਲਕਾਰਾਂ ਕਹਿੰਦੇ ਜੀ ਕਹਿੰਦੇ ਜਿਨ੍ਹਾਂ ਦੀਆਂ ਉਂਗਲਾਂ ਤੇ ਚੜਿਆ ਫਿਰੇ ਦਿਨ ਰਾਤ ਠੇਕਿਆਂ ਚ ਵੜਿਆ ਫਿਰੇ ਉਹੀ ਕਰਕੇ ਹਟਣਗੇ ਕਾਰਾ ਕਹਿੰਦੇ ਬੰਦਾ ਪੀਂਦਾ ਤਾਂ ਆਪ ਹੁੰਦਾ ਜੇ ਆਪਦਾ ਜੀ ਕਰਦਾ ਹੋਵੇ ਪਰ ਅਕਸਰ ਘਰ ਵਾਲੀ ਨੇ ਇਹ ਕਹਿਣਾ ਹੁੰਦਾ ਵੀ ਜਿਹੜਾ ਨਾਲ ਹੈ ਵਿਗਾੜ ਲਿਆ ਇਹ ਲਵਾਉਂਦੇ ਆ ਪੈਗ ਉਹਨੂੰ ਪਰ ਇਹ ਚੀਜ਼ ਹੀ ਏਦਾਂ ਦੀ ਹੈ ਬੰਦੇ ਦਾ ਆਪ ਦਾ ਦਿਲ ਕਰਦਾ ਜਦੋਂ ਉਦੋਂ ਹੀ ਲਾਉਂਦਾ ਬੰਦਾ ਕਿਸੇ ਦੇ ਕਹਿਣ ਤੋਂ ਤਾਂ ਨਹੀਂ ਸੋ ਹਾਂਜੀ ਮੈਂ ਜੁੱਤੀ ਨੂੰ ਲਵਾ ਲੈ ਘੁੰਗਰੂ ਹੁਣ ਮਾਰੀ ਲੜਕਾ ਉਹ ਕਰਦੀ ਮੈਂ ਚੀਜ਼ ਜਿੱਦਾਂ ਵਿਗੜ ਗਿਆ We'll be right back.
ਨੂੰ ਲਵਾ ਲੈ ਗੁਗਲੂ ਹੁਣ ਮਾਰੀ ਨਲਕਾਰਾ ਮੈਂ ਜੁੱਤੀ ਨੂੰ ਲਵਾ ਲੈ ਗੁਗਲੂ ਹੁਣ ਮਾਰੀ ਨਲਕਾਰਾ ਮੈਂ ਜੁੱਤੀ ਨੂੰ ਲਵਾ ਲੈ ਗੁਗਲੂ ਸਿਰੇ ਚੜ ਗਈ